ਚੰਗਿਆਂ ਕੋਲ ਰਵਾਂਗੇ ਤੇ ਚੰਗੇ ਬਣ ਜਾਵਾਂਗੇ, ਮਾੜਿਆਂ ਕੋਲ ਰਵਾਂਗੇ ਤੇ ਮਾੜੇ ਬਣ ਜਾਵਾਂਗੇ। ਚੋਗ ਕਿੱਦਾਂ ਦਾ ਪੈਣ ਦਿਆ ਏ ਸਾਨੂੰ ਅੱਗੋਂ? ਚੋਗ ਚੰਗਾ ਹੈ, ਸਰਬੱਤ ਦੇ ਭਲੇ ਵਾਲਾ ਹੈ, ਚੰਗਿਆਈ ਵਾਲਾ ਹੈ, ਤੇ ਮਨ ਚ ਵਿਚਾਰ ਚੰਗੇ ਆਉਣੇ ਸ਼ੁਰੂ ਹੋ ਜਾਂਦੇ ਨੇ। ਜੇ ਚੋਗ ਮਾੜਾ ਹੈ ਤੇ ਮਨ ਚ ਵਿਚਾਰ ਮਾੜੇ ਆਉਣੇ ਸ਼ੁਰੂ ਹੋ ਜਾਂਦੇ ਨੇ। ਦੋ ਦੋਸਤ ਨੇ, ਤੁਰੇ ਜਾਂਦੇ ਨੇ, ਰਸਤੇ ਦੇ ਵਿੱਚ ਵੇਖਿਆ ਸਕੂਲ ਹੈ, ਕਾਲਜ ਹੈ, ਇੱਕ ਕਹਿੰਦਾ ਯਾਰ ਬ੍ਰੇਕ ਮਾਰ, ਘੜੀ ਕੇ ਇੰਜੋਏ ਕਰਕੇ ਜਾਂਦੇ ਹਾਂ। ਦੂਜਾ ਕਹਿੰਦਾ ਉਹ ਨਾ ਨਾ ਭਾਈ, ਜਿੱਦਾਂ ਦੀਆਂ ਇਹ ਸਕੂਲ ਕਾਲਜਾਂ 'ਚੋਂ ਜਾਂ ਸੜਕਾਂ 'ਤੇ ਤੁਰੀਆਂ ਜਾਂਦੀਆਂ ਨੇ ਨਾ, ਇੱਦਾਂ ਦੀਆਂ ਆਪਣੇ ਘਰਾਂ 'ਚ ਵੀ ਹੈਗੀਆਂ ਨੇ, ਜੇ ਨਹੀਂ ਹੈ ਤੇ ਜਿਨ੍ਹਾਂ ਨੂੰ ਆਪਾਂ ਲੈ ਕੇ ਆਉਣਾ ਉਹ ਵੀ ਕਿਸੇ ਦੀਆਂ ਧੀਆਂ ਭੈਣਾਂ ਨੇ, ਨਹੀਂ ਇੱਦਾਂ ਆਪਾਂ ਨੂੰ ਕਿਸੇ ਵੱਲ ਮਾੜੀ ਨਿਗਾਹ ਨਾਲ ਨਹੀਂ ਦੇਖਣਾ ਚਾਹੀਦਾ। ਜੇ ਕੋਈ ਸਮਝ ਜਾਵੇ, ਕਿਉਂਕਿ ਉਹਨੇ ਤਾਂ ਆਪਣੀ ਵੱਲੋਂ ਚੋਗ ਚੰਗਾ ਦਿੱਤਾ ਹੈ ਨਾ, ਜੇ ਤੇ ਕਿਸੇ ਨੇ ਸਮਝ ਕੇ ਚੁਗ ਲਿਆ ਤੇ ਉੱਥੋਂ ਵਾਪਸੀ, ਤੇ ਜੇ ਕਿਤੇ ਉਹਨੇ ਆਪਣਾ ਚੋਗ ਖਿਲਾਰਤਾ ਵੀ ਛੱਡ ਖੜਾ, ਇੰਨੀ ਵਿਦਵਤਾ ਨਾ ਝਾੜ, ਸਾਰੇ ਕਰਦੇ ਨੇ ਆਪਾਂ ਨਾ ਕਰਾਂਗੇ ਤੇ ਕਿਹੜਾ ਦੁਨੀਆਂ ਤੇ ਸੁਧਾਰ ਆ ਜਾਵੇਗਾ। ਜੇ ਉਹਨੇ ਐਕਸੈਪਟ ਕਰ ਲਿਆ ਚੋਗ ਮਾੜਾ ਤੇ ਵਿਚਾਰ ਮਾੜੇ ਹੋ ਜਾਣੇ ਨੇ। ਪਾਗਾਂ ਵਾਲਿਓ, ਕੋਸ਼ਿਸ਼ ਕਰਿਓ ਆਪਣੇ ਬੱਚਿਆਂ ਨੂੰ, ਜਿਹੜਾ ਸਰੀਰ ਨੂੰ ਪਾਲਦਾ ਹੈ ਉਹ ਆਹਾਰ ਤੇ ਜਿਹੜਾ ਮਨ ਨੂੰ ਪਾਲਦਾ ਹੈ ਉਹ ਆਹਾਰ ਸੰਤੁਲਨ ਆਧਾਰ ਦਿਓ, ਚੰਗਾ ਭੋਜਨ ਦਿਓ। ਜੇ ਸਰੀਰ 'ਚ ਮਾੜਾ ਭੋਜਨ ਜਾਵੇਗਾ ਸਰੀਰ ਰੋਗੀ ਹੋ ਜਾਵੇਗਾ, ਜੇ ਮਨ ਨੂੰ ਮਾੜਾ ਆਹਾਰ ਜਾਵੇਗਾ ਭੋਜਨ ਜਾਵੇਗਾ ਤੇ ਮਨ ਰੋਗੀ ਹੋ ਜਾਵੇਗਾ। ਸਰੀਰ ਰੋਗੀ ਵੀ ਕਿਸੇ ਕੰਮ ਦਾ ਨਹੀਂ ਜੀ ਤੇ ਮਨ ਰੋਗੀ ਵੀ ਕਿਸੇ ਕੰਮ ਦਾ ਨਹੀਂ ਜੀ, ਦੋਵੇਂ ਤਬਾਹੀ ਕਰਦੇ ਨੇ। ਸਰੀਰ ਰੋਗੀ ਵੀ, ਸਰੀਰਕ ਰੋਗੀ ਵੀ ਚੈਨ ਨਾਲ ਨਹੀਂ ਬਹਿ ਸਕਦਾ ਤੇ ਮਨ ਦਾ ਰੋਗੀ ਬੰਦਾ ਵੀ ਚੈਨ ਦੇ ਨਾਲ ਨਹੀਂ ਜੇ ਬੈਠ ਸਕਦਾ। ਸਤਿਗੁਰਾਂ ਦੀ ਬਾਣੀ ਨੇ ਭਾਗਾਂ ਵਾਲੀ ਉਹ ਤਾਂ ਹੀ ਤਾਂ ਕਿਹਾ ਸੀ ਨਾ, ਹੇ ਇਨਸਾਨ ਆਪਣਾ ਸਭ ਕੁਝ ਗੁਰੂ ਨੂੰ ਅਰਪਣ ਕਰ ਦੇ, ਤਨ ਮਨ ਧਨ ਅਰਪੂ ਸਭ ਆਪਣਾ, ਕੌਣ ਸੋ ਮਤ ਜਿਤ ਹਰ ਹਰ ਜਪਣਾ, ਕਰ ਆਸਾ ਆਇਓ ਪ੍ਰਭ ਮੰਗਣ। ਜਦੋਂ ਦਾ ਮੈਨੂੰ ਪਤਾ ਲੱਗਾ ਹੈ ਨਾ ਪ੍ਰਭੂ ਮੈਂ ਹੋਰ ਨਹੀਂ ਕੁਝ ਮੰਗਦਾ, ਬਸ ਮੈਂ ਤੈਨੂੰ ਮੰਗਦਾ ਹੈ, ਕਰ ਆਸਾ ਆਇਓ ਪ੍ਰਭ ਮੰਗਣ, ਤੁਮ ਪੇਖਤ ਸ਼ੋਭਾ ਮੇਰੇ ਆਂਗਣ। ਕਿਉਂਕਿ ਮੈਨੂੰ ਪਤਾ ਲੱਗਾ ਹੈ ਜਿਹੜੀ ਤੇਰੇ ਘਰ ਦੀ ਸਿਫਤ ਸਲਾਹ ਸੁਣਦਾ ਹੈ ਕਮਾਉਂਦਾ ਹੈ ਉਹਦਾ ਜਿਹੜਾ ਹਿਰਦੇ ਰੂਪੀ ਵਿਹੜਾ ਹੈ ਨਾ ਉਹ ਖੁਸ਼ੀਆਂ ਦੇ ਨਾਲ ਭਰ ਜਾਂਦਾ ਹੈ, ਖੇੜਿਆਂ ਦੇ ਨਾਲ ਭਰ ਜਾਂਦਾ ਹੈ। ਉਹਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁਵੇਸ਼ ਭਾਵਨਾ ਨਹੀਂ ਰਹਿੰਦੀ, ਜਿਹੜਾ ਗੁਰੂ ਤੇਰਾ ਹੋ ਜਾਂਦਾ ਹੈ। ਭਾਗਾਂ ਵਾਲਿਓ, ਜਦੋਂ ਆਪਾਂ ਮੱਥਾ ਟੇਕ ਕੇ ਪਰਕਰਮਾ ਕਰਦੇ ਹਾਂ ਇਹਦਾ ਬਹੁਤ ਵੱਡਾ ਮਹੱਤਵ ਹੈ। ਤੁਸੀਂ ਵੇਖਿਓ ਵਿਆਹਾਂ ਸ਼ਾਦੀਆਂ ਦੇ ਵਿੱਚ ਜਦੋਂ ਵਿਆਹ ਸ਼ਾਦੀ ਹੁੰਦਾ ਹੈ, ਆਨੰਦ ਕਾਰਜ ਹੁੰਦਾ ਹੈ, ਜੋੜੀ ਬੈਠੀ ਹੁੰਦੀ ਹੈ ਤੇ ਉਹਦੇ ਉੱਤੋਂ ਦੀ ਜਿਹੜਾ ਸਲਵਾਰ ਨਾ ਕੀਤਾ ਜਾਂਦਾ ਹੈ ਉਹ ਆਪਾਂ ਦੂਜੇ ਨੂੰ ਫੜਾ ਦਿੰਦੇ ਹਾਂ ਵੀ ਇਹ ਇਹਤੇ ਹੋਣਾ ਹੱਕ ਮੇਰਾ ਨਹੀਂ ਹੈ, ਦੂਜੇ ਦਾ ਹੈ। ਇੱਦਾਂ ਜਦੋਂ ਆਪਾਂ ਮੱਥਾ ਟੇਕ ਕੇ ਪਰਕਰਮਾ ਕਰਦੇ ਹਾਂ ਵੱਖਰੀ ਗੱਲ ਹੈ, ਇਹ ਇੱਕ ਵੇਖੋ ਵੇਖੀ ਰੁਝਾਨ ਬਣ ਗਿਆ ਹੈ ਵੀ ਮੱਥਾ ਟੇਕ ਕੇ ਪਰਕਰਮਾ ਕਰਨਾ ਹੈ, ਪਰ ਇਹਦਾ ਅਸਲ ਦੇ ਵਿੱਚ ਮਕਸਦ ਸੀ ਕਿ ਮੇਰਾ ਮੁਜਮੈਂ ਕਿਛ ਨਹੀਂ, ਜੋ ਕਿਛ ਹੈ ਸੋ
ਤੇਰਾ ਤੇਰਾ ਤੁਝਕੋ ਕਿਆ ਲੱਗ ਹੈ ਮੇਰਾ, ਪਰ ਸੱਚ ਜਾਣਿਓ ਇਹ ਤੇ ਚੱਲਣ ਵਾਸਤੇ, ਇਹ ਨਹੀਂ ਹੈ ਮੈਂ ਤੁਹਾਡੀ ਗੱਲ ਕਰ ਰਹੀ ਹਾਂ, ਆਪਣੀ ਗੱਲ ਕਰ ਰਹੀ ਹਾਂ, ਸਾਡੇ ਵਰਗੇ ਵੀ ਤਿਆਰ ਨਹੀਂ ਹੈ, ਮੈਂ ਮੇਰੀ ਬੰਦਾ ਮਟਾਉਣਾ ਹੀ ਨਹੀਂ ਚਾਹੁੰਦਾ, ਮੈਂ ਮੇਰੀ ਤੋਂ ਬੰਦਾ ਖਹਿੜਾ ਹੀ ਨਹੀਂ ਛਡਾਉਣਾ ਚਾਹੁੰਦਾ। ਤੇ ਅਖੀਰ ਇੱਕ ਦਿਨ ਜਿੱਦਣ ਪਟਾਕਾ ਪੈ ਜਾਂਦਾ ਹੈ ਨਾ, ਜਾਂ ਬੰਦਾ ਮੰਜੇ ਤੇ ਪੈ ਜਾਂਦਾ, ਉਦਣ ਪਤਾ ਲੱਗਦਾ ਹੈ ਵੀ ਹੈ ਤਾਂ ਕੁਝ ਵੀ ਨਹੀਂ ਸੀ, ਐਵੇਂ ਹੀ ਮੈਂ ਆਪਣਾ ਰੂਪ ਝਾੜਦਾ ਰਿਹਾ। ਕਿੰਨਾ ਚੰਗਾ ਹੁੰਦਾ ਜੇ ਮੈਂ ਪਿਆਰ ਇਤਫਾਕ ਦੇ ਨਾਲ ਜ਼ਿੰਦਗੀ ਬਤੀਤ ਕਰਕੇ ਜਾਂਦਾ, ਕਿੰਨਾ ਚੰਗਾ ਹੁੰਦਾ ਮੈਂ ਜੇ ਸਾਰਿਆਂ ਦੇ ਨਾਲ ਪਿਆਰ ਨਾਲ ਪ੍ਰੇਮ ਨਾਲ ਮੁਹੱਬਤ ਨਾਲ ਰਹਿ ਕੇ ਜਾਂਦਾ। ਭਾਗਾਂ ਵਾਲਿਓ ਕੋਸ਼ਿਸ਼ ਕਰੋ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ। ਜਦੋਂ ਔੜ ਦੇ ਮਹੀਨੇ ਹੁੰਦੇ ਨੇ ਨਾ, ਤੇ ਔੜ ਦੇ ਇਲਾਕੇ ਵਾਲੇ ਆਪਣੇ ਪਸ਼ੂ ਪੰਛੀ ਲੈ ਕੇ ਹਰੀਆਂ ਭਰੀਆਂ ਥਾਵਾਂ ਤੇ ਆ ਜਾਂਦੇ ਨੇ, ਜਿਨ੍ਹਾਂ ਨੂੰ ਆਪਾਂ ਗੁੱਜਰ ਕਹਿ ਦਿੰਦੇ ਹਾਂ। ਸਤਿਗੁਰ ਜੀ ਕਹਿੰਦੇ ਨੇ, ਹੇ ਇਨਸਾਨ ਤੇਰਾ ਵੀ ਪਸਾਰਾ ਉਹਨਾਂ ਦੇ ਵਾਂਗ ਹੈ। ਗੋਇਲ ਆਇਆ ਗੋਇਲੀ ਕਿਆ ਤਿਸ ਡੰਪ ਪਸਾਰ। ਜਿਵੇਂ ਉਹ ਆਪਣਾ ਪਸਾਰਾ ਨਹੀਂ ਕਰਦੇ, ਉਹ ਕੇਵਲ ਤੇ ਕੇਵਲ ਔੜ ਦੇ ਮਹੀਨਿਆਂ ਦੇ ਵਿੱਚ ਆਉਂਦੇ ਨੇ। ਕਹਿੰਦੇ ਮੂਲਤ ਪੁੰਨੀ ਚੱਲਣਾ ਤੂੰ ਸੰਭਲ ਕਰ ਬਾਹਰ। ਕਹਿੰਦੇ ਏਦਾਂ ਜ਼ਿੰਦਗੀ ਜਿਉਣ ਦੀ ਤੈਨੂੰ ਕੁਝ ਟਾਈਮ ਦੀ, ਕੁਝ ਸਮੇਂ ਦੀ, ਕੁਝ ਸਾਲਾਂ ਦੀ ਮੂਲਤ ਮਿਲੀ ਹੈ, ਕਿੰਨਾ ਚੰਗਾ ਹੋਵੇ ਜੇ ਤੂੰ ਇਹਦੀ ਸੰਭਾਲ ਕਰੇ ਤਾਂ। ਕਹਿੰਦੇ ਕਿਉਂ ਗੁਮਾਨ ਕਰਕੇ ਬੈਠਾ ਹੈ, ਇੱਕ ਦਿਨ ਸਭ ਕੁਝ ਛੱਡ ਕੇ ਤੂੰ ਦੁਨੀਆਂ ਤੋਂ ਕੂਚ ਕਰ ਜਾਣਾ ਹੈ। ਕਹਿੰਦੇ ਗੁਮਾਨ ਨਾ ਕਰ, ਗੁਮਾਨ ਕਰੇਗਾ ਤੇਰੀ ਮੌਤ ਤੋਂ ਬਾਅਦ ਲੋਕ ਕਹਿਣਗੇ ਚੰਗਾ ਹੋਇਆ ਚਲੇ ਗਿਆ। ਜੇ ਤੂੰ ਜਿਸ ਦਿਨ ਤੇਰੀ ਮੌਤ ਹੋਵੇਗੀ, ਜੇ ਤੂੰ ਕੁਝ ਚੰਗਾ ਕਰਕੇ ਜਾਵੇਗਾ ਤੇ ਸੱਚ ਜਾਣੀ ਤੈਨੂੰ ਲੋਕ ਯਾਦ ਕਰਨਗੇ। ਭਾਗਾਂ ਵਾਲਿਓ ਆਪਾ ਭਾਵ ਮਿਟਾ ਕੇ ਜਿਹੜਾ ਵੀ ਜ਼ਿੰਦਗੀ ਜੀਉ ਕੇ ਗਿਆ ਹੈ ਨਾ, ਸੱਚ ਜਾਣਿਓ ਉਹ ਅਮਰ ਹੋ ਕੇ ਗਿਆ ਹੈ। ਸਭ ਤੋਂ ਕਠਿਨ ਖੇਲ ਹੀ ਆਪਣੇ ਆਪ ਨੂੰ ਮਿਟਾਉਣਾ ਹੈ, ਆਪਣੀ ਹੋਂਦ ਨੂੰ ਕਹਿ ਦੇਣਾ ਵੀ ਮੇਰੀ ਕੀ ਪਾਇਆ ਹੈ। ਇਹ ਬੜੀ ਕਠਿਨ ਖੇਡ ਹੈ, ਜੇ ਕਿਸੇ ਨੂੰ ਸਮਝ ਆ ਜਾਵੇ ਨਾ। ਸੱਚ ਜਾਣਿਓ ਸਤਿਗੁਰਾਂ ਦੀ ਬਾਣੀ ਨੇ ਕਿਹਾ ਹੈ, ਇਸ ਰਸਤੇ ਨਾਲ ਦਾ ਰਸਤਾ ਹੀ ਕੋਈ ਨਹੀਂ ਹੈ। ਵੇਖਿਓ ਬੰਦਾ ਜਦੋਂ ਈਰਖਾਲੂ ਹੋ ਕੇ ਦਵੈਸ਼ ਭਾਵਨਾ ਵਾਲੀ ਜ਼ਿੰਦਗੀ ਬਤੀਤ ਕਰਦਾ ਹੈ ਤੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਾੜਦਾ ਹੈ, ਆਪਣੇ ਆਪ ਨੂੰ ਮਿਟਾਉਂਦਾ ਹੈ, ਆਪਣੇ ਆਪ ਦੇ ਨਾਲ ਕਿੰਨਾ ਕੁਝ ਗਲਤ ਕਰਦਾ, ਅੰਦਰੇ ਅੰਦਰੀ ਸੜਦਾ ਹੈ। ਇੱਕ ਬੰਦਾ ਉਹ ਹੈ ਤੇ ਇੱਕ ਬੰਦਾ ਉਹ ਹੈ ਜਿਹੜਾ ਸੱਚ ਦੇ ਰਸਤੇ ਤੇ ਜ਼ਿੰਦਗੀ ਬਤੀਤ ਕਰਦਾ ਹੈ, ਉਹ ਕਿੰਨਾ ਖੁਸ਼ ਮਿਜ਼ਾਜੀ ਦੇ ਨਾਲ ਜ਼ਿੰਦਗੀ ਬਤੀਤ ਕਰਦਾ ਹੈ। ਉਹਦੀ ਜ਼ਿੰਦਗੀ ਦੇ ਵਿੱਚ ਰਤਾ ਵੀ ਕਿਸੇ ਚੀਜ਼ ਦੀ ਪਰਵਾਹ ਨਹੀਂ ਰਹਿ ਜਾਂਦੀ, ਉਹ ਬੜਾ ਸੰਤੁਸ਼ਟ ਹੋ ਕੇ ਜ਼ਿੰਦਗੀ ਬਤੀਤ ਕਰਦਾ ਹੈ। ਏਦਾਂ ਹੀ ਭਾਗਾਂ ਵਾਲਿਓ ਗੁਰੂ ਪਾਤਸ਼ਾਹ ਜੀ ਦੇ ਜਦੋਂ ਅਸੀਂ ਜੀਵਨ ਨੂੰ ਪੜ੍ਹਦੇ ਹਾਂ, ਧੰਨ ਗੁਰੂ ਗੋਬਿੰਦ ਸਿੰਘ ਜੀ, ਇੱਕ
ਪਾਸੇ ਔਰੰਗਜ਼ੇਬ ਹੈ ਜਿਹਨੂੰ ਆਪਣੇ ਮਹਿਲਾਂ ਦੇ ਵਿੱਚ ਵੀ ਨੀਂਦ ਨਹੀਂ ਆ ਰਹੀ, ਤੇ ਇੱਕ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਵੀ ਕੂਕ ਸੁੱਤੇ ਨੇ। ਐਵੇਂ ਨਹੀਂ ਸੁੱਤੇ, ਆਪਣੇ ਦੋ ਪੁੱਤ ਸ਼ਹੀਦ ਕਰਵਾ ਕੇ ਗਏ ਨੇ, ਦੋਵਾਂ ਦਾ ਪਤਾ ਨਹੀਂ ਹੈ ਕਿ ਕਿਸ ਹਾਲਤ ਚ ਹੋਣਗੇ, ਮਾਂ ਦਾ ਪਤਾ ਨਹੀਂ ਹੈ ਕਿਸ ਕਿਸ ਹਾਲਤ ਚ ਹੋਵੇਗੀ ਉਹਨਾਂ ਦੀ ਮਾਂ। ਪਰ ਮਾਛੀਵਾੜੇ ਦਾ ਜੰਗਲ ਭੁੱਬਾ ਮਾਰ ਉੱਠਿਆ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਟਿੰਡ ਦਾ ਸਰਾਣਾ ਲਾਇਆ ਦੇਖਿਆ ਸੁੱਤੇ ਪਏ ਨੇ, ਕੂਕ ਸੁੱਤੇ ਪਏ ਨੇ। ਔਰੰਗਜ਼ੇਬ ਦੀ ਮਹਿਲਾਂ ਦੇ ਵਿੱਚ ਨੀਂਦ ਹਰਾਮ ਹੋਈ ਪਈ ਹੈ ਤੇ ਅਖੀਰ ਔਰੰਗਜ਼ੇਬ ਨੂੰ ਇਹ ਗੱਲ ਕਹਿਣੀ ਪਈ ਹੈ ਨਾ, ਹੇ ਗੋਬਿੰਦ ਮੈਂ ਜਿੱਤ ਕੇ ਵੀ ਹਾਰ ਗਿਆ ਹੈ ਤੇ ਤੂੰ ਹਾਰ ਕੇ ਵੀ ਜਿੱਤ ਗਿਆ ਹੈ, ਮੇਰਾ ਰਾਜ ਉਹਨਾਂ ਚਿਰ ਹੈ ਜਿੰਨਾ ਚਿਰ ਮੇਰੇ ਸਰੀਰ ਦੇ ਵਿੱਚ ਸਾਹ ਨੇ। ਹੇ ਗੋਬਿੰਦ ਤੇਰਾ ਰਾਜ ਉਹਨਾਂ ਚਿਰ ਹੈ ਜਿੰਨਾ ਚਿਰ ਇਹ ਦੁਨੀਆ ਹੈ। ਕਿੱਡਾ ਵੱਡਾ ਫਰਕ ਹੈ ਨਾ, ਇੱਕ ਮਿਟਾਉਣਾ ਚਾਹੁੰਦਾ ਹੈ ਤੇ ਇੱਕ ਦੁਨੀਆ ਨੂੰ ਜ਼ਿੰਦਗੀ ਜਿਉਣ ਦੇ ਰਾਹ ਦੱਸ ਰਿਹਾ ਹੈ। ਮੈਂ ਕਈ ਵਾਰ ਭਾਗਾਂ ਵਾਲੀ ਉਹ ਹੈਰਾਨ ਹੋ ਜਾਂਦੀ ਹਾਂ, ਸਾਡੀ ਅਸੀਂ ਆਪੋ ਆਪਣੀ ਉਮਰ ਦਾ ਕਿਆਸਾ ਲਾ ਕੇ ਦੇਖੀਏ, ਅੰਦਾਜ਼ਾ ਲਾ ਕੇ ਦੇਖੀਏ, ਬੜੇ ਐਸੇ ਫੈਸਲੇ ਨੇ ਜਿਹੜੇ ਅਸੀਂ ਜ਼ਿੰਦਗੀ ਨੂੰ ਜਿਉਂਦਿਆਂ ਬੜੇ ਪ੍ਰਕਾਰ ਦੇ ਗਲਤ ਲੈਂਦੇ ਹਾਂ, ਸਾਨੂੰ ਸਮਝ ਨਹੀਂ ਰਹਿ ਜਾਂਦੀ, ਸਾਨੂੰ ਪਤਾ ਨਹੀਂ ਲੱਗਦਾ ਵੀ ਕਿਹੜੀ ਚੀਜ਼ ਸਾਡੇ ਲਈ ਚੰਗੀ ਹੈ ਤੇ ਕਿਹੜੀ ਚੀਜ਼ ਮਾੜੀ ਹੈ। ਮੈਂ ਹੈਰਾਨ ਹੋ ਜਾਂਦੀ ਹਾਂ ਜਦੋਂ ਸੂਬੇ ਸਰਹੰਦ ਦੀ ਕਚਹਿਰੀ ਲੱਗੀ ਹੈ, ਛੋਟੇ ਛੋਟੇ ਬੱਚਿਆਂ ਨੂੰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਡਲਾਉਣ ਦੀਆਂ, ਧਮਕਾਉਣ ਦੀਆਂ, ਉਹਨਾਂ ਨੂੰ ਉਹਨਾਂ ਦਾ ਧਰਮ ਛਡਾਉਣ ਦੀਆਂ ਕਿੰਨੀਆਂ ਕੋਸ਼ਿਸ਼ਾਂ ਚੱਲਦੀਆਂ ਨੇ ਵੀ ਏਦਾਂ ਨਹੀਂ ਤੇ ਇਸ ਤਰੀਕੇ ਨਾਲ ਇਹ ਆਪਣਾ ਧਰਮ ਛੱਡ ਦੇਣ, ਆਪਣਾ ਆਪ ਛੱਡ ਦੇਣ, ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਸੂਬੇ ਸਰਹੰਦ ਦੇ ਵੱਲੋਂ। ਕਿੰਨੇ ਦਿਮਾਗ ਲੱਗਦੇ ਹੋਣਗੇ, ਇਕੱਲਾ ਸੂਬਾ ਸਰਹੰਦ ਨਹੀਂ, ਜਿਹੜੇ ਗੁਰੂ ਦੇ ਨਾਲ ਖਾਰ ਖਾਂਦੇ ਸੀ, ਜਿਹੜੇ ਗਿਰਾਉਣਾ ਚਾਹੁੰਦੇ ਸੀ, ਕਿੰਨੇ ਦਿਮਾਗ ਇਕੱਠੇ ਹੋ ਕੇ ਬਹਿੰਦੇ ਹੋਣਗੇ ਵੀ ਅੱਜ ਇਹਨਾਂ ਦੇ ਅੱਗੇ ਆ ਲਾਲਚ ਰੱਖ ਕੇ ਵੇਖੀਆ ਜਾਂ ਤਸੀਹਾ ਰੱਖ ਕੇ ਵੇਖੀਏ, ਬੱਚੇ ਨੇ 7 ਤੇ 9 ਸਾਲ ਦੇ ਕਿਉਂ ਨਾ ਡੋਲਣਗੇ। ਤੇ ਜਦੋਂ ਸੂਬੇ ਸਰਹੰਦ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਬੱਚਿਆਂ ਨੇ ਈ ਨਹੀਂ ਮੰਨੀ, ਧੌਣ ਨਹੀਂ ਚੁਕਾਈ, ਸਿਰ ਨਹੀਂ ਚੁਕਾਇਆ, ਭਾਵ ਆਪਣਾ ਆਪ ਸਮਰਪਿਤ ਨਹੀਂ ਕੀਤਾ, ਸਾਜਿਸ਼ ਰਚੀ ਗਈ ਹੈ ਸੂਬੇ ਸਰਹੰਦ ਦੀ ਕਚਹਿਰੀ ਦੇ ਵਿੱਚ ਕਿ ਏਦਾਂ ਤੇ ਇਹ ਸਾਡੀ ਈਨ ਮੰਨਣ ਵਾਲੇ ਨਹੀਂ ਹੈ। ਜੇ ਬੱਚੇ ਧੌਣ ਉੱਚੀ ਕਰਕੇ ਸਾਡੀ ਕਚਹਿਰੀ ਦੇ ਵਿੱਚੋਂ ਲੰਘ ਗਏ, ਅਸੀਂ ਤੇ ਖਤਮ ਹੋ ਜਾਵਾਂਗੇ ਨਾ। ਸਾਨੂੰ ਤੇ ਕੋਈ ਸੂਬਾ ਸਰਹੰਦ ਵਰਗੇ ਕਹਿੰਦੇ ਯਾਦ ਕਰਨ ਵਾਲਾ ਵੀ ਨਹੀਂ ਰਹੇਗਾ, ਇਹ ਛੋਟੇ ਬੱਚੇ ਸਾਨੂੰ ਹਰਾ ਜਾਣਗੇ, ਕਹਿੰਦੇ ਹੋਇਆ ਕੀ। ਅੱਜ ਕਚਹਿਰੀ ਦਾ ਵੱਡਾ ਦਰਵਾਜ਼ਾ ਨਹੀਂ ਛੋਟਾ ਦਰਵਾਜ਼ਾ ਖੋਲ੍ਹ ਦਿੱਤਾ ਹੈ। ਛੋਟਾ ਦਰਵਾਜ਼ਾ ਕਿਉਂ ਖੋਲ੍ਹਿਆ ਗਿਆ ਕਿ ਜਿਵੇਂ ਹੀ ਬੱਚੇ
ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਅੱਗੇ ਨੂੰ ਆਉਣਗੇ, ਜਿਵੇਂ ਧੌਣ ਚੁਕਾ ਕੇ ਲੰਘਣਗੇ ਤੇ ਅਸੀਂ ਡੰਕੇ ਦੀ ਚੋਟ ਤੇ ਇਹ ਗੱਲ ਕਹਿ ਦੇਵਾਂਗੇ ਕਿ ਤੁਸੀਂ ਕਹਿੰਦੇ ਸੀ ਕਲਗੀਧਰ ਦੇ ਬੱਚੇ ਈਨ ਨਹੀਂ ਮੰਨਦੇ, ਆ ਵੇਖੋ ਅਸੀਂ ਚੁਕਾ ਦਿੱਤੇ ਨੇ। ਭਾਵੇਂ ਉਹਨਾਂ ਦੀ ਸਾਜਿਸ਼ ਸੀ, ਉਹ ਸਾਜਿਸ਼ ਦੇ ਤਹਿਤ ਚੁਕਾਉਣਾ ਚਾਹੁੰਦੇ ਸੀ, ਤੇ ਭਾਗਾਂ ਵਾਲੇ ਉਹ ਵੇਲਾ ਕਿੱਦਾਂ ਦਾ ਹੋਵੇਗਾ, ਉਹ ਘੜੀ ਕਿੱਦਾਂ ਦੀ ਹੋਵੇਗੀ ਜਦੋਂ ਬੱਚਿਆਂ ਦੇ ਸਾਹਮਣੇ ਵੱਡਾ ਦਰਵਾਜ਼ਾ ਨਹੀਂ ਛੋਟਾ ਦਰਵਾਜ਼ਾ ਆਇਆ ਹੋਵੇਗਾ, ਤੇ ਕਿੱਦਾਂ ਇੱਕ ਦੂਜੇ ਦੇ ਵੱਲ ਵੇਖ ਕੇ ਮੁਸਕਰਾਏ ਤੇ ਅੱਖਾਂ ਹੀ ਅੱਖਾਂ ਦੇ ਵਿੱਚ ਕਹਿ ਗਏ ਸੂਬਾ ਸਰਹੰਦ ਨੇ ਅੱਜ ਜਿਹੜੀ ਕੋਸ਼ਿਸ਼ ਕੀਤੀ ਹੈ ਇਹਨੂੰ ਕੀ ਪਤਾ ਹੈ ਅਸੀਂ ਕਲਗੀਧਰ ਦੇ ਬੱਚੇ ਹਾਂ, ਸਾਡੀਆਂ ਰਗਾਂ ਦੇ ਵਿੱਚ ਖੂਨ ਕਲਗੀਧਰ ਦਾ ਹੈ, ਤੇ ਇਹ ਖੂਨ ਇੰਨੀ ਛੇਤੀ ਡੋਲਣ ਵਾਲਾ ਨਹੀਂ ਹੈ, ਇਹ ਤੋਂ ਵੀ ਵੱਡੀਆਂ ਵੱਡੀਆਂ ਕੋਸ਼ਿਸ਼ਾਂ ਕਿਉਂ ਨਾ ਕਰ ਲਵੇ ਸੂਬਾ ਸਰਹੰਦ, ਪਰ ਅਸੀਂ ਈਨ ਨਹੀਂ ਮੰਨਾਂਗੇ, ਅਸੀਂ ਸੀਸ ਨਹੀਂ ਝੁਕਾਵਾਂਗੇ।